ਹੈਲੋ ਸਟੂਡੈਂਟਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਓਪਰਚੁਨਿਟੀ ਦੱਸਣ ਲੱਗਿਆ ਜੀ। ਜਿਹੜਾ ਵੀ ਸਟੂਡੈਂਟ ਸਾਡੇ ਕੋਲੋਂ ਐਗਜ਼ਾਮ ਬੁੱਕ ਕਰਵਾਊਗਾ ਆਇਲਸ ਜਾਂ ਪੀਟੀ ਦਾ, ਸੋ ਉਹਨਾਂ ਨੂੰ ਸਾਡਾ ਪੀਡੀਐਫ ਬਿਲਕੁਲ ਫ੍ਰੀ ਆਫ ਕੋਸਟ ਤੇ ਮਿਲੂਗਾ। ਐਂਡ ਜਿਹੜੇ ਹੁਣ ਕਿਊ ਕਾਰਡਸ ਆਏ ਨੇ, ਇਹਨਾਂ ਦਾ ਫਸਟ ਵਰਜ਼ਨ ਆਇਆ, ਜਦੋਂ ਤੱਕ ਫਾਈਨਲ ਵਰਜ਼ਨ ਆਏਗਾ ਸੋ ਉਹਦੀ ਪੀਡੀਐਫ ਤੁਹਾਨੂੰ ਪ੍ਰੋਪਰ ਫੁੱਲ ਮਿਲੇਗੀ। ਐਂਡ ਅੱਜ ਦੀ ਕਲਾਸ ਆਪਾਂ ਸਟਾਰਟ ਕਰਦੇ ਹਾਂ ਜੀ। ਅੱਜ ਦਾ ਜਿਹੜਾ ਟੋਪਿਕ ਹੈ ਦੇਖੋ, ਉਹ ਹੈਗਾ ਇੰਟਰਸਟਿੰਗ ਕਨਵਰਸੇਸ਼ਨ। ਇਹ ਫਸਟ ਵਰਜ਼ਨ ਆਇਆ ਹੈ, ਫਸਟ ਵਰਜ਼ਨ ਚ ਇਹ 7th ਕਿਊ ਕਾਰਡ ਹੈ। ਸੋ ਕਹਿੰਦੇ ਹੂ ਕੌਣ ਹੈ, ਵੇਅਰ ਤੁਸੀਂ ਕਿੱਥੇ ਕਨਵਰਸੇਸ਼ਨ ਕੀਤੀ, ਵਟ ਯੂ ਟਾਕ ਤੁਸੀਂ ਕੀ ਟਾਕ ਕੀਤਾ, ਐਂਡ ਐਕਸਪਲੇਨ ਹਾਊ ਯੂ ਫੈਲਟ ਅਬਾਊਟ ਦਾ ਐਕਸਪੀਰੀਅੰਸ। ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਸਭ ਤੋਂ ਪਹਿਲਾਂ ਆਪਾਂ ਕਵਰ ਕਰਾਂਗੇ ਜੀ ਇਹਦੇ ਵਿੱਚ ਵਕੈਬ ਪਲੱਸ ਈਡੀਅਮ। ਸੋ ਸਭ ਤੋਂ ਪਹਿਲਾਂ ਵਾਂਸ ਇਨ ਅ ਬਲੂ ਮੂਨ, ਇਹਨੂੰ ਆਪਾਂ ਉਦੋਂ ਲਗਾਉਂਦੇ ਹਾਂ ਈਡੀਅਮ ਨੂੰ ਜਦੋਂ ਬਹੁਤ ਰੇਅਰ ਸਿਚੁਏਸ਼ਨ ਹੋਵੇ, ਠੀਕ ਹੈ ਜੀ। ਨੈਕਸਟ ਹੈ ਪੈਸੇਂਜਰ ਆਫ ਦਾ ਸੇਮ ਲੇਨ, ਮਤਲਬ ਕਿ ਦੂਸਰਿਆਂ ਦਾ ਵੀ ਸੇਮ ਉਸ 'ਚ ਇੰਟਰਸਟ ਹੋਵੇ, ਉਸਦੇ ਵਿੱਚੋਂ ਹੀ ਤੁਹਾਡਾ ਵੀ ਉਸ ਚੀਜ਼ ਚ ਸੇਮ ਇੰਟਰਸਟ ਹੈ, ਦੂਜਿਆਂ ਦੀ ਤਰ੍ਹਾਂ ਹੀ ਸੇਮ ਉਸੇ ਪੈਸੇਂਜਰ ਆਫ ਦਾ ਸੇਮ ਲੇਨ। ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀਗੀ ਇੱਕ ਕਿਊ ਕਾਰਡ ਵੀ, ਕਿਸੇ ਨੂੰ ਲਿਸਨਿੰਗ ਟੂ ਮਿਊਜ਼ਿਕ ਪਸੰਦ ਆ, ਸੋ ਤੁਹਾਨੂੰ ਵੀ ਪਸੰਦ ਆ ਤਾਂ ਤੁਸੀਂ ਇਹ ਈਡੀਅਮ ਯੂਜ਼ ਕਰ ਸਕਦੇ ਹੋ। ਨੈਕਸਟ ਹੈ ਬਰੀਅਰਸ, ਬਰੀਅਰਸ ਕੀ ਹੁੰਦੀਆਂ ਨੇ, ਰੁਕਾਵਟਾਂ, ਮੁਸ਼ਕਿਲ, ਠੀਕ ਹੈ, ਪ੍ਰੋਬਲਮਸ, ਰੋਲਰ ਕੋਸਟਰ ਰਾਈਡ, ਠੀਕ ਹੈ, ਲਾਈਕ ਅਪ ਐਂਡ ਡਾਊਨ ਦੇ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ, ਆਪਣੀ ਜ਼ਿੰਦਗੀ ਦੇ ਕੋਈ ਵੀ ਅਪ ਐਂਡ ਡਾਊਨਸ ਦੱਸਣੇ। ਗ੍ਰੇਸ ਆਫ ਗੋਡ, ਗ੍ਰੇਸ ਆਫ ਗੋਡ ਹੁੰਦਾ ਹੈ ਗੋਡ ਦੀ ਹੈਲਪ ਦੇ ਨਾਲ, ਮਦਦ ਨਾਲ, ਹਨਾ, ਰਿਜ਼ੋਲਵ ਹੁੰਦਾ ਕੋਈ ਵੀ ਪ੍ਰੋਬਲਮ ਨੂੰ ਸੋਲੂਸ਼ਨ ਕਰ ਦੇਣਾ। ਨੈਵਰ ਮਿਸ ਦਾ ਬੋਟ, ਮਤਲਬ ਕਿ ਕੋਈ ਵੀ ਓਪਰਚੁਨਿਟੀ ਨੂੰ ਮਿਸ ਨਾ ਕਰਨਾ। ਅਨਫੋਰਗੇਟੇਬਲ ਹੁੰਦਾ, ਨਾ ਭੁੱਲਣ ਯੋਗ, ਠੀਕ ਹੈ, ਵੀ ਜਿਸ ਨੂੰ ਤੁਸੀਂ ਭੁੱਲ ਨਹੀਂ ਸਕਦੇ, ਉਦਾਂ ਦਾ ਐਕਸਪੀਰੀਅੰਸ ਰਿਹਾ। ਸੋ ਸਟਾਰਟਿੰਗ ਕਰਾਂਗੇ, ਇਨ ਦਿਸ ਮਾਡਰਨ ਏਰਾ ਦ ਯੰਗ ਜਨਰੇਸ਼ਨ ਆਫਨ ਡਜ਼ਨਟ ਪ੍ਰੈਫਰ ਟੂ ਹੈਵ ਕਨਵਰਸੇਸ਼ਨਸ ਵਿਦ ਓਲਡਰ ਪੀਪਲ। ਸੋ ਅੱਜ ਕੱਲ੍ਹ ਦੇ ਮਾਡਰਨ ਏਰਾ ਚ ਕਹਿੰਦੇ ਓਲਡਰ ਪੀਪਲ ਨਾਲ ਕਨਵਰਸੇਸ਼ਨ ਕਰਨੀ ਬਹੁਤ ਘੱਟ ਪਸੰਦ ਕਰਦੇ ਆ। ਕਹਿੰਦੇ ਹਾਊਏਵਰ, ਪਰ ਵਾਂਸ ਇਨ ਅ ਬਲੂ ਮੂਨ ਇਟ ਹੈਪਨਸ ਵੈਨ ਦੇ ਇੰਗੇਜ ਇਨ ਕਨਵਰਸੇਸ਼ਨ। ਸੋ ਕਹਿੰਦੇ ਇਹ ਕਦੋਂ ਹੁੰਦਾ, ਬਹੁਤ ਰੇਅਰ ਹੁੰਦਾ ਜਦੋਂ ਉਹ ਕਦੇ ਇਨਵੋਲਵ ਹੋਣ ਕਿਸੇ ਕਨਵਰਸੇਸ਼ਨ ਦੇ ਵਿੱਚ। ਸਪੀਕਿੰਗ ਫਾਰ ਮਾਈਸੈਲਫ, ਜੇ ਮੈਂ ਆਪਣੀ ਗੱਲ ਕਰਾਂ, ਕਹਿੰਦੇ ਆਈ ਯੂਜਲੀ ਲਵ ਟੂ ਕਨਵਰਸ ਵਿਦ ਓਲਡਰ ਪੀਪਲ ਸੱਚ ਐਸ ਮਾਈ ਗ੍ਰੈਂਡ ਪੇਰੈਂਟ ਔਰ ਅਦਰ ਇੰਡੀਵਿਜੁਅਲਸ ਬਿਕੋਜ਼ ਇਟ ਨਾਟ ਓਨਲੀ ਇਨਹਾਂਸਿਸ ਮਾਈ ਨੌਲੇਜ ਬਟ ਆਲਸੋ ਇੰਪਰੂਵਸ ਮਾਈ ਕਮਿਊਨੀਕੇਸ਼ਨ ਸਕਿੱਲਸ। ਹੇਅਰ ਆਈ ਵੁੱਡ ਲਾਈਕ ਟੂ ਸ਼ੈਡ ਸਮ ਲਾਈਟ ਔਨ ਐਨ ਇੰਟਰਸਟਿੰਗ ਕਨਵਰਸੇਸ਼ਨ ਆਈ ਹੈਡ ਵਿਦ ਮਿਸਿਸ ਰਮਨਦੀਪ ਕੌਰ। ਤਾਂ ਤੁਸੀਂ ਨੇਮ ਕੋਈ ਵੀ ਮੈਂਸ਼ਨ ਕਰ ਸਕਦੇ ਹੋ, ਨਾਟ ਓਨਲੀ ਦੇ ਬਟ ਆਲਸੋ ਆਪਾਂ ਦੱਸਦਾ ਕਿਉਂ ਪਸੰਦ ਹੈ, ਠੀਕ ਹੈ ਜੀ। ਹੁਣ ਤੁਸੀਂ ਇੱਥੇ ਉਹਨਾਂ ਦੀ ਏਜ ਵਗੈਰਾ ਦੱਸ ਦੋਗੇ, ਇੰਟਰਸਟ ਦੱਸ ਦੋਗੇ, ਠੀਕ ਹੈ। ਕਹਿੰਦੇ ਐਕਚੁਅਲੀ ਸ਼ੀ ਇਜ਼ ਅ 62 ਈਅਰ ਓਲਡ ਵਿਮਨ ਹੂਮ ਆਈ ਮੈਟ ਐਟ ਮਾਈ ਬੌਸਮ ਫਰੈਂਡਸ ਹੋਮ ਔਨ ਹਰ ਬਰਥਡੇ। ਸੋ ਉਹਨਾਂ ਦੇ ਬਰਥਡੇ ਤੇ, ਮੈਂ ਆਪਣੇ ਫਰੈਂਡ ਦੇ ਬਰਥਡੇ ਤੇ ਕਹਿੰਦੇ ਉਹਨਾਂ ਨੂੰ ਮਿਲਿਆ। ਸਰਪ੍ਰਾਈਜ਼ਿੰਗਲੀ ਸ਼ੀ ਇਜ਼ ਮਾਈ ਫਰੈਂਡਸ ਗ੍ਰੈਂਡ ਮਦਰ। ਉਹ ਕੌਣ ਨੇ, ਠੀਕ ਹੈ, ਮੇਰੇ ਫਰੈਂਡ ਦੇ ਹੀ ਗ੍ਰੈਂਡ ਮਦਰ ਨੇ। ਹਰ ਗ੍ਰੈਂਡ ਮਦਰ ਰੀਅਲੀ ਲਾਈਕਸ ਬੇਕਿੰਗ ਐਂਡ ਆਈ ਐਮ ਆਲਸੋ ਪੈਸੇਂਜਰ ਆਫ ਦਾ ਸੇਮ ਲੇਨ ਬਿਕੋਜ਼ ਆਈ ਇੰਜੋਏ ਇਟ ਲੋਟ। ਸੋ ਮੈਂ ਵੀ ਕਹਿੰਦੇ ਉਸੇ ਦਾ ਸੇਮ ਪੈਸੇਂਜਰ ਹਾਂ ਕਿਉਂਕਿ ਕਹਿੰਦੇ ਮੈਨੂੰ ਵੀ ਸੇਮ ਹੀ ਉਸਦੇ ਵਿੱਚ ਇੰਟਰਸਟ ਹੈ, ਠੀਕ ਹੈ ਜੀ। ਔਨ ਦੈਟ ਡੇ ਸ਼ੀ ਮੇਡ ਅ ਡਿਲੀਸ਼ੀਅਸ ਕੇਕ ਦੈਟ ਐਵਰੀਵਨ ਲਾਈਕ ਸੋ ਮਚ। ਸੋ ਉਸ ਦਿਨ ਉਹਨਾਂ ਨੇ ਕਹਿੰਦੇ ਕੀ ਬਣਾਇਆ, ਬਹੁਤ ਵਧੀਆ ਕੇਕ। ਐਟ ਦ ਐਂਡ ਆਫ ਦ ਪਾਰਟੀ ਆਈ ਆਸਕਡ ਹਰ ਅਬਾਊਟ ਕੁਕਿੰਗ ਸਕਿੱਲਸ ਐਂਡ ਸ਼ੀ ਸ਼ੇਅਰਡ ਹਰ ਬੈਕਗਰਾਊਂਡ ਸਟੋਰੀ ਵਿਚ ਵਾਸ ਰੀਅਲੀ ਇੰਟਰਸਟਿੰਗ। ਸੋ ਕੀ ਟਾਕ ਕੀਤਾ ਉਹ ਦੱਸਿਆ ਅੱਗੇ, ਸ਼ੀ ਟੋਲਡ ਮੀ ਦੈਟ ਵੈਨ ਸ਼ੀ ਵਾਸ ਇਨ ਹਰ ਟੀਨੇਜ ਈਅਰਸ ਸ਼ੀ ਸਟਾਰਟਡ ਲਰਨਿੰਗ ਦਿਸ ਸਕਿੱਲ ਐਂਡ ਡਿਸਕ੍ਰਾਈਬ ਦ ਬੈਰੀਅਰਸ
ਬੈਰੀਅਰਸ ਮਤਲਬ ਕਿ ਪ੍ਰੋਬਲਮਸ ਸ਼ੀ ਫੇਸਡ ਵਾਈਲ ਲਰਨਿੰਗ ਇਟ। ਸ਼ੀ ਸ਼ੇਅਰਡ ਦਾ ਰੋਲਰ ਕੋਸਟਰ ਰਾਈਡ। ਰੋਲਰ ਕੋਸਟਰ ਕੀ ਹੁੰਦਾ ਵੀ ਰੋਲਰ ਕੋਸਟਰ ਰਾਈਡ ਕੀ ਹੁੰਦੀ ਹੈ, ਕਦੇ ਨੀਚੇ ਕਦੇ ਉੱਪਰ। ਸੋ ਅਪਸ ਐਂਡ ਡਾਊਨ ਦੱਸੇ ਆਫ ਹਰ ਕਲੀਨਰੀ ਜਰਨੀ ਵਿਦ ਮੀ। ਕਲੀਨਰੀ ਮਤਲਬ ਕਿ ਕੁਕਿੰਗ ਜਰਨੀ। ਸੋ ਉਸ ਤੋਂ ਬਾਅਦ ਇਨ ਅ ਵੈਰੀ ਪੋਲਾਈਟ ਵੇ ਸ਼ੀ ਆਨਸਰਡ ਆਲ ਆਫ ਮਾਈ ਕੁਸ਼ਚਨ। ਉਹਨਾਂ ਨੇ ਮੇਰੇ ਸਾਰੇ ਕੁਸ਼ਚਨ ਦੇ ਆਨਸਰ ਦਿੱਤੇ। ਟੂਵਰਡਸ ਦ ਐਂਡ ਆਫ ਆਰ ਕਨਵਰਸੇਸ਼ਨ, ਜਦੋਂ ਕਹਿੰਦੇ ਸਾਡੀ ਕਨਵਰਸੇਸ਼ਨ ਖਤਮ ਹੋਈ, ਸ਼ੀ ਜੈਨਰਸਲੀ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਗੇਵ ਮੀ ਸਮ ਟਿਪਸ ਟ੍ਰਿਕਸ ਐਂਡ ਹਰ ਸੀਕਰੇਟ ਰੈਸਿਪੀਜ਼ ਸੋ ਦੈਟ ਆਈ ਕੁਡ ਆਲਸੋ ਲਰਨ। ਹਰ ਕਾਇੰਡ ਨੇਚਰ ਇੰਪ੍ਰੈਸਡ ਮੀ ਅਲੋਟ ਐਂਡ ਆਈ ਡਿਡ ਨਾਟ ਫੀਲ ਬੋਰਡ ਵਾਈਲ ਟਾਕਿੰਗ ਵਿਦ ਹਰ। ਸੋ ਮੈਂ ਬਿਲਕੁਲ ਬੋਰ ਨਹੀਂ ਫੀਲ ਕੀਤਾ ਜਦੋਂ ਮੈਂ ਇਹਨਾਂ ਨਾਲ ਟਾਕ ਕਰ ਰਹੀ ਸੀ। ਵੈਨ ਐਵਰ ਆਈ ਫੇਸ ਐਨੀ ਪ੍ਰੋਬਲਮ ਇਨ ਕੁਕਿੰਗ, ਅਲਟੀਮੇਟਲੀ ਲਗਾ ਕੇ ਤੁਸੀਂ ਸਟਾਰਟ ਕਰ ਸਕਦੇ ਹੋ, ਕਹਿੰਦੇ ਜਦੋਂ ਵੀ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਵਿਦਆਊਟ ਐਨੀ ਹੈਜੀਟੇਸ਼ਨ ਆਈ ਪ੍ਰੈਫਰ ਟੂ ਕਾਲ ਹਰ ਐਂਡ ਬਾਈ ਦ ਗ੍ਰੇਸ ਆਫ ਗੋਡ ਸ਼ੀ ਆਲਵੇਜ ਰਿਸੋਲਵਸ ਦੈਮ। ਤੇ ਕਹਿੰਦੇ ਉਹ ਹਮੇਸ਼ਾ ਹੀ ਮੇਰੀ ਹੈਲਪ ਕਰਦੇ ਨੇ ਤੇ ਉਹਨੂੰ ਸੋਲਵ ਕਰਦੇ ਨੇ। ਆਈ ਥਿੰਕ ਅਲੋਂਗ ਵਿਦ ਹੈਵਿੰਗ ਸਕਿਲਡ ਹੈਂਡਸ ਇਨ ਕੁਕਿੰਗ ਸ਼ੀ ਆਲਸੋ ਹੈਜ਼ ਅ ਬਿਊਟੀਫੁਲ ਹਾਰਟ। ਆਈ ਰੀਅਲੀ ਵਾਂਟ ਟੂ ਹੈਵ ਮੋਰ ਐਂਡ ਮੋਰ ਕਨਵਰਸੇਸ਼ਨਸ ਵਿਦ ਹਰ ਬਿਕੋਜ਼ ਦ ਟਾਈਮ ਆਈ ਸਪੈਂਡ ਵਿਦ ਹਰ ਵਾਸ ਅਨਫੋਰਗੈਟੇਬਲ। ਸੋ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਦੱਸਦਾ, ਕਹਿੰਦੇ ਉਹ ਅਨਫੋਰਗੈਟੇਬਲ ਸੀ। ਇਫ ਆਈ ਗੈਟ ਦ ਸੇਮ ਓਪਰਚੁਨਿਟੀ ਇਨ ਮਾਈ ਫਿਊਚਰ ਲਾਈਫ ਦੈਨ ਆਈ ਵਿਲ ਨੈਵਰ ਮਿਸ ਦ ਬੋਟ ਟੂ ਹੈਵ ਅਨਦਰ ਇੰਟਰਸਟਿੰਗ ਕਨਵਰਸੇਸ਼ਨ ਵਿਦ ਐਨ ਓਲਡਰ ਪਰਸਨ। ਸੋ ਜੇ ਕਹਿੰਦੇ ਮੈਨੂੰ ਫਿਊਚਰ ਚ ਸੇਮ ਓਪਰਚੁਨਿਟੀ ਮਿਲਦੀ ਆ ਤਾਂ ਮੈਂ ਇਹ ਓਪਰਚੁਨਿਟੀ ਨੂੰ ਕਦੇ ਵੀ ਮਿਸ ਨਹੀਂ ਕਰੂੰਗੀ ਤੇ ਕਹਿੰਦੇ ਇੱਦਾਂ ਦੀ ਸੇਮ ਓਪਰਚੁਨਿਟੀ ਮੈਂ ਚਾਹੁੰਦੀ ਹਾਂ ਫਿਊਚਰ ਚ। ਠੀਕ ਹੈ ਫਰੈਂਡ, ਸੋ ਇਹ ਸੀਗਾ ਕਿਊ ਕਾ ਟੌਪਿਕ। ਹੁਣ ਇਹਦੇ ਕੁਛ ਫਾਲੋ ਅਪਸ ਕੁਐਸਚਨ ਨੇ। ਫਸਟ ਫਾਲੋ ਅਪ ਕੁਐਸਚਨ ਹੈ, ਡੂ ਯੂ ਥਿੰਕ ਓਲਡ ਪੀਪਲ ਐਂਡ ਯੰਗ ਪੀਪਲ ਕੈਨ ਸ਼ੇਅਰ ਦਾ ਸੇਮ ਇੰਟਰਸਟ, ਵੀ ਉਹਨਾਂ ਦਾ ਸੇਮ ਇੰਟਰਸਟ ਹੁੰਦਾ? ਸੋ ਆਨੈਸਟਲੀ ਸਪੀਕਿੰਗ, ਯੰਗ ਐਂਡ ਓਲਡਰ ਵਨਸ ਆਰ ਦਾ ਟੂ ਡਿਫਰੈਂਟ ਸਾਈਡਸ ਆਫ ਦਾ ਕੋਇਨ ਬਿਕੋਜ਼ ਦੇਅਰ ਜਨਰੇਸ਼ਨ ਗੈਪ ਅਫੈਕਟਸ ਦੇਅਰ ਵਿਊ ਪੁਆਇੰਟ। ਜਨਰੇਸ਼ਨ ਗੈਪ ਕਾਰਨ ਕਹਿੰਦੇ ਉਹਨਾਂ ਦਾ ਆਈਡੀਆ ਅਲੱਗ ਅਲੱਗ ਹੁੰਦਾ। ਇਫ ਆਈ ਟਾਕ ਅਬਾਊਟ ਟੈਕਨੋਲੋਜੀ ਦੈਨ ਯੰਗ ਵਨਸ ਹੈਵ ਅ ਕੀਨ ਇੰਟਰਸਟ ਇਨ ਇਟ, ਠੀਕ ਹੈ, ਬਟ ਵੈਨ ਇਟ ਕਮਸ ਟੂ ਦਾ ਓਲਡਰ ਵਨਸ ਦੇ ਹੈਵ ਮੋਰ ਇੰਟਰਸਟ ਇਨ ਟ੍ਰੈਡੀਸ਼ਨਲ ਬੁੱਕਸ ਐਸ ਵੈਲ ਐਸ ਥਿੰਗਸ। ਸਮਟਾਈਮ ਦੇ ਸ਼ੇਅਰ ਦਾ ਸੇਮ ਇੰਟਰਸਟ ਸੱਚ ਐਸ ਵੈਨ ਦੇ ਵਾਚ ਮੈਚ ਪ੍ਰੋਗਰਾਮਸ ਐਂਡ ਮੂਵੀਜ਼। ਸੋ ਕਦੇ ਕਦੇ ਸੇਮ ਹੁੰਦਾ, ਅਦਰਵਾਈਜ਼ ਡਿਫਰੈਂਟ ਹੁੰਦਾ। ਸੈਕਿੰਡ ਕੁਐਸਚਨ ਹੈ, ਵਟ ਸਕਿੱਲਸ ਕੈਨ ਦਾ ਓਲਡ ਟੀਚ ਦਾ ਯੰਗ? ਸੋ ਕਿਹੜੇ ਕਿਹੜੇ ਸਕਿੱਲਸ ਕਹਿੰਦੇ ਓਲਡ ਸਿਖਾ ਸਕਦੇ ਨੇ ਯੰਗ ਨੂੰ? ਦੇ ਆਰ ਵੇਰੀਅਸ ਥਿੰਗਸ ਵਿਚ ਓਲਡਰ ਪੀਪਲ ਕੈਨ ਟੀਚ ਯੰਗ ਵਨਸ। ਫਸਟਲੀ ਦੇ ਕੈਨ ਟੈਲ ਦੈਮ ਅਬਾਊਟ ਮੋਰਲ ਵੈਲਿਊਜ਼ ਐਂਡ ਐਥਿਕਸ ਅਲੋਂਗ ਵਿਦ ਦਿਸ ਯੰਗੈਸਟ ਲਰਨ ਹਾਊ ਟੂ ਰਿਸਪੈਕਟ ਐਲਡਰਸ ਐਂਡ ਗਿਵ ਲਵ ਟੂ ਲਿਟਲ ਵਨਸ ਫਰੋਮ ਗ੍ਰੇ ਹੇਅਰਡ ਪੀਪਲ ਅਪਾਰਟ ਫਰੋਮ ਦਿਸ older ones can also assist to the young generation in their life because they have more experience than them in how to deal with problems and the ways of living life with joy. So bahut kuch sikha sakde ne kende oh. Next hai hun ese nu opposite, kende what skills can the young teach the old? Hun young ki dass sakde ne, technology bare dass sakde ne. So same ohi answer ditta, kende in this modern era without any second thought I can say that young people can teach numerous things to the older ones, but the most important in these days is how to use technology. So there is no doubt that majority of older people face many problems while using technology. So it is the responsibility of young ones to teach them how to assess it
ਐਂਡ ਦੇ ਕੈਨ ਟੈਲ ਦ ਯੂਜ਼ ਆਫ ਮੋਬਾਈਲ ਫੋਨ, ਲੈਪਟਾਪ ਐਂਡ ਕੰਪਿਊਟਰ, ਸੋ ਦੈਟ ਐਨ ਓਲਡਰ ਪੀਪਲ ਕੈਨ ਆਲਸੋ ਗੈਟ ਬੈਨੀਫਿਟਸ ਫਰੋਮ ਇਟ. So people also encourage older people to go out of their comfort zone and try new things. So eh oh sikha sakde ha. Next hai ji last question, do you think the old people should live with their family? Eh task 2 bhi aaya hoya, tonu ki lagda hai ki jehde old people ne unna nu apni family naal rehna chahida hai? Yes, definitely older people need to live with their families. There are numerous reasons why they have to live with their family. Bahut sare reason ne. Firstly, health issues. If any older people face health issues, then their family can stand by for them. Odi family ode piche khadi hai and help them to get rid of it. So odi help karde hai. And apart from this, they can also entertain themselves while living with their family. But if they live alone, then they can usually feel health issues, isolation, depression as well as loneliness. So tusi keh sakde ho, but je oh kehnde ikatthe nahi rehnde unnan naal, ta unnan nu eh issues ho sakde ha. Theek hai friends, simple ja topic hai plus follow up question. So inna nu tusi edda hi details explain karna hunda taan ke examiner tonu wari wari why na puche. Je tonu meri aaj di class vadhiya laggi, like te comment karke zarur dassna. Milde ha ji next class de naal. Bye bye, take care.